ਬਹੁਤ-ਬਹੁਤ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਆ ਤੁਹਾਡੇ ਆਪਣੇ YouTube ਚੈਨਲ ਤੇ ਮੇਰਾ ਘਟ ਤੁਹਾਡਾ ਆਪਣਾ ਜਿਆਦਾ ਅੱਜ ਫੇਰ ਤੁਹਾਡੇ ਲਈ ਇੱਕ ਜੰਬੋ ਕਯੂ ਕਾਰਡ ਲੈ ਕੇ ਆਇਆ 7 ਇਨ 1 ਮਤਲਬ ਹੁਣ ਕਹਿ ਲੋ ਕਿ 7-8 ਵੀਡੀਓ ਜੰਬੋ ਕਯੂ ਕਾਰਡ ਦੇ ਉੱਪਰ ਬਣਾ ਦਿੱਤੀਆਂ ਨੇ ਹੁਣ ਲੱਭਣੇ ਬਣਾਉਣੇ ਬਹੁਤ ਔਖੇ ਹੋ ਰਹੇ ਨੇ 2 ਦਿਨ ਬਾਅਦ ਇਸ ਕਰਕੇ ਵੀਡੀਓ ਲੇਟ ਹੋਗੀ ਬੜਾ ਮਾਈਂਡ ਚ ਲਾਇਆ ਕਿ ਕਿਹੜਿਆਂ ਨੂੰ ਕਨਕਲੂ ਆਪਣੇ ਕੰਪਰਾਈਜ਼ ਕੀਤਾ ਜਾ ਸਕਦਾ ਹੈ ਨਾ ਤਾਂ ਉਸ ਤੋਂ ਬਾਅਦ ਇੱਕ ਫਾਈਨਲ ਬਹੁਤ ਅੱਛਾ ਕਿਊ ਕਾਰਡ ਤਿਆਰ ਹੋਇਆ 7 ਇਨ ਮਿੰਟ ਤਾਂ ਇਹਦੇ ਵਿੱਚ ਆਪਾਂ ਕਿਹੜੇ-ਕਿਹੜੇ ਕਿਊ ਕਾਰਡ ਕਵਰ ਕਰਾਂਗੇ ਧਿਆਨ ਦਿਓ ਟਾਕ ਅਬਾਊਟ ਐਨ ਇੰਪੋਰਟੈਂਟ ਸਪੈਸ਼ਲ ਇਵੈਂਟ ਯੂ 셀ਿਬ੍ਰੇਟਡ ਆਪਾਂ ਇੱਕ ਇਵੈਂਟ ਸੈਲੀਬ੍ਰੇਟ ਕੀਤਾ ਠੀਕ ਹੈ ਇਹਦੀ ਸਟੋਰੀ ਹੁਣੇ ਨਾਲ-ਨਾਲ ਦੱਸ ਦਿੰਨਾ ਇੰਪੋਰਟੈਂਟ ਸੀਗਾ ਠੀਕ ਹੈ ਜੀ ਡਿਸਕ੍ਰਾਈਬ ਐਨ ਓਕੇਜਨ ਵੈਨ ਯੂ ਲੋਸਟ ਸਮਥਿੰਗ ਅਸੀਂ ਇਸੇ ਇਵੈਂਟ ਦੇ ਵਿੱਚ ਇਹ ਮੇਰੇ ਲਈ ਇੰਪੋਰਟੈਂਟ ਸੀਗਾ ਬਟ ਇੱਥੇ ਨਾ ਮੇਰੀ ਰਿੰਗ ਗੁੰਮ ਗਈ ਰਿੰਗ ਠੀਕ ਹੈ ਦੇਖਦੇ ਅੱਗੇ ਚ ਡਿਸਕ੍ਰਾਈਬ ਅ ਥਿੰਗ ਯੂ ਕੈਨੋਟ ਲਿਵ ਵਿਦਆਊਟ ਇਹੀ ਰਿੰਗ ਆ ਜਿਹਦੇ ਤੋਂ ਬਿਨਾ ਮੈਂ ਜੀ ਨਹੀਂ ਸਕਦਾ ਕਿਉਂਕਿ ਸਾਡੇ ਪੇਰੈਂਟਸ ਦੀ ਦਾਦਦਿਆਂ ਪੜਦਾਦਿਆਂ ਤੋਂ ਚੱਲੀ ਆ ਰਹੀ ਹੈ ਤਾਂ ਇਹਦੇ ਤੋਂ ਬਿਨਾ ਰਹਿਣਾ ਬਹੁਤ ਔਖਾ ਆ ਠੀਕ ਆ ਅੱਗੇ ਚੱਲਦੇ ਆ ਡਿਸਕ੍ਰਾਈਬ ਅ ਪਲੇਸ ਯੂ ਵਿਜ਼ਿਟਡ ਔਨ ਵਕੇਸ਼ਨ ਤਾਂ ਇੱਥੇ ਹੀ ਉਹ ਸਾਡੀ ਚੀਜ਼ ਸੀਗੀ ਅਸੀਂ ਵਕੇਸ਼ਨ ਤੇ ਇੱਥੇ ਇੱਕ ਬਰਥਡੇ ਪਾਰਟੀ ਰੱਖੀ ਸੀਗੀ ਤੇ ਉੱਥੇ ਸਾਡਾ ਇਹ ਮਤਲਬ ਜੋ ਵੀ ਦਰਮਦਾਰ ਹੋਇਆ ਇਹ ਉੱਥੇ ਹੋਇਆ ਡਿਸਕ੍ਰਾਈਬ ਅ ਰੂਲ ਦੈਟ ਯੂ ਡੋਂਟ ਲਾਈਕ ਬਟ ਉਹ ਇੱਕ ਰੂਲ ਸੀਗਾ ਕਿ ਤੁਸੀਂ ਮੋਬਾਈਲ ਫੋਨ ਅਲਾਉ ਨਹੀਂ ਮੋਬਾਈਲ ਫੋਨ ਅਲਾਉਡ ਨਹੀਂ ਹੈਗੇ ਜਿਵੇਂ ਹੁਣ ਪਰਮੇਸ਼ਵਰ ਮਾ ਦਾ ਜਦੋਂ ਵਿਆਹ ਹੋਇਆ ਸੀ ਤੁਹਾਨੂੰ ਪਤਾ ਹੋਣਾ ਨਾ ਸ਼ੈਰੀਮਾਨ ਦਾ ਕਿੱਡਾ ਰੌਲਾ ਪਿਆ ਸੀਗਾ ਤੇ ਕਿਉਂਕਿ ਪਰਮੇਸ਼ਵਰ ਮਾ ਨੇ ਮੋਬਾਈਲ ਫੋਨ ਆਪਦੇ ਵਿਆਹ ਦੇ ਵਿੱਚ ਅਲਾਉਡ ਨਹੀਂ ਕੀਤੇ ਸੀ ਉਹ ਇਸ ਕਰਕੇ ਨਹੀਂ ਅਲਾਉਡ ਕਰਦੇ ਹੁੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਕੋਈ ਬਲਰ ਕੁਆਲਿਟੀ ਦੇ ਫੋਟੋਜ਼ ਲੀਕ ਹੋ ਜਾਣ ਉਹ ਕਹਿੰਦੇ ਨੇ ਵੀ ਫੋਟੋਜ਼ ਅਸੀਂ ਤੁਹਾਨੂੰ ਬਾਅਦ ਚ ਪ੍ਰੋਵਾਈਡ ਕਰਾ ਦੇਾਂਗੇ ਐਚਡੀ ਇਸ ਕਰਕੇ ਤਾਂ ਆਪਾਂ ਵੀ ਇਹਦੇ ਵਿੱਚ ਇਦਾਂ ਦੀ ਗੱਲ ਕਰਾਂਗੇ ਕਿ ਉੱਥੇ ਮੋਬਾਈਲ ਫੋਨ ਅਲਾਉਡ ਨਹੀਂ ਸੀ ਤੇ ਮੈਨੂੰ ਇਹ ਰੂਲ ਪਸੰਦ ਨਹੀਂ ਆਇਆ ਠੀਕ ਹੈ ਇਹਨੂੰ ਵੀ to describe an occasion when you were not allowed to use your mobile phone obviously ਇਹ ਤਾਂ ਹੋ ਗਈ ਜਿੱਦੇ ਸਾਡੇ ਜਮਾ ਹੀ ਹੋ ਗਏ ਮੋਬਾਈਲ ਤਾਂ ਫਿਰ ਅਸੀਂ ਯੂਜ਼ ਹੀ ਕੀ ਕਰਨੇ ਸੀਗੇ ਠੀਕ ਹੈ ਜੀ ਅੱਗੇ ਚੱਲਦੇ ਆਂ ਓਕੇ ਜੀ ਇੱਥੇ ਇੱਕ ਨੋਟ ਆ ਦੇਖਿਓ 21 ਡੇਸ ਦੀ ਕਲਾਸ ਸਟਾਰਟ ਕਰਨ ਲੱਗਿਆਂ ਬਹੁਤ ਜ਼ਿਆਦਾ ਕਮੈਂਟ ਆਉਂਦੇ ਆ ਬੱਚਿਆਂ ਦੇ ਕਿ ਸਰ ਸੈਂਟੈਂਸ ਫਾਰਮੇਸ਼ਨ ਦੇ ਉੱਪਰ ਵੀਡੀਓ ਬਣਾਓ ਤੁਸੀਂ ਇਹ ਦੱਸੋ ਵੀ ਜੇ ਮੈਂ ਉਹਦੇ ਤੇ ਇੱਕ ਦੋ ਵੀਡੀਓ ਬਣਾ ਦੇਵਾਂਗਾ ਕੀ ਸੈਂਟੈਂਸ ਬਣਾਉਣੇ ਆ ਜਾਣਗੇ ਜਿਹੜਾ 21 ਦਿਨਾਂ ਦਾ ਮਟੀਰੀਅਲ ਹੈ ਉਹ ਕਿਵੇਂ ਮੈਂ ਇੱਕ ਵੀਡੀਓ ਦੇ ਵਿੱਚ ਕਵਰ ਕਰ ਦਿਆਂ ਰੋਜ਼ ਇੱਕ ਘੰਟਾ ਕਲਾਸ ਚੱਲੂਗੀ ਠੀਕ ਹੈ ਤਾਂ 7:40 ਤੋਂ ਲੈ ਕੇ 7:40 ਤੇ ਰਾਤ ਨੂੰ ਕਲਾਸ ਸਟਾਰਟ ਹੋਊਗੀ ਇਹਦੇ ਵਿੱਚ ਮੈਂ ਕਵਰ ਕੀ ਕੀ ਕਰਾਵਾਂਗਾ ਉਹ ਵੀ ਦੱਸ ਦਿੰਨਾ ਇਹ ਕਲਾਸ 12 ਅਗਸਤ 2022 ਤੋਂ ਸਟਾਰਟ ਹੋ ਰਹੀ ਹੈ ਅੱਜ 9 ਅਗਸਤ ਆ ਤਿੰਨ ਦਿਨ ਬਾਅਦ ਇਹ ਕਲਾਸ ਸਟਾਰਟ ਹੋ ਜੂਗੀ ਇਹਦੇ ਵਿੱਚ ਕਵਰ ਕੀ ਕੀ ਕਰਾਂਗੇ 올 ਗ੍ਰਾਮਰ ਵਿਚ ਇਜ਼ ਯੂਜ਼ਡ ਫॉर ਆਇਲਸ ਇਹ ਨਹੀਂ ਕਿ ਰਾਮ ਗੋਜ਼ ਟੂ ਸਕੂਲ ਸ਼ਾਮ ਗੋਜ਼ ਟੂ ਸਕੂਲ ਨਾ ਜੀ ਨਾ ਉਹ ਨਹੀਂ 12ਵੀਂ ਵਾਲੀ ਗ੍ਰਾਮਰ ਨਹੀਂ ਜਿਹੜੀ ਆਇਲਸ ਦੇ ਵਾਸਤੇ ਯੂਜ਼ ਹੋਣੀ ਉਹ ਉਹ ਕਰਾਵਾਂਗਾ ਠੀਕ ਹੈ ਸੈਂਟੈਂਸ ਫਾਰਮੇਸ਼ਨ ਬੇਸਿਕ ਵੀ ਤੇ ਐਡਵਾਂਸ ਵੀ ਠੀਕ ਹੈ ਕੋਈ ਜੀਟੀ ਦਾ ਸਟੂਡੈਂਟ ਹੈ ਉਹਨੂੰ ਉਸ ਤਰੀਕੇ ਨਾਲ ਦੱਸਾਂਗਾ ਕੋਈ ਆਪਣੇ ਐਕਾਡੈਮਿਕ ਦਾ ਉਹਨੂੰ ਉਸ ਤਰੀਕੇ ਨਾਲ ਦੱਸਾਂਗਾ ਹਾਊ ਟੂ ਮੇਕ ਜੰਬੋ ਕਯੂ ਕਾਰਡ ਜੰਬੋ ਕਯੂ ਕਾਰਡ ਦੀ ਤੁਸੀਂ ਮੇਰੇ ਤੋਂ ਫਿਰ ਹੋਪ ਹੀ ਨਹੀਂ ਰੱਖਣੀ ਕਿਉਂਕਿ ਤੁਹਾਨੂੰ ਮੈਂ ਮੈਥਡ ਦੱਸ ਦੇਣਾ ਕਿ ਜੰਬੋ ਕਯੂ ਕਾਰਡ ਬਣਾਉਣਾ ਕਿਵੇਂ ਤੁਸੀਂ ਘਰੇ ਬੈਠੇ ਬਣਾਈ ਜਾਓ 86 ਕਯੂ ਕਾਰਡ ਹੁੰਦੇ ਨੇ ਇੱਕ ਬੁੱਕ ਦੇ ਵਿੱਚ ਮੈਂ ਕਹਿੰਨਾ ਸਿਰਫ 10 ਕਯੂ ਕਾਰਡ ਕਰਨ ਦੀ ਲੋਡ ਪੈਂਦੀ ਹੁੰਦੀ 86 ਦੇ 86 ਕਰਨ ਦੀ ਲੋਡ ਨਹੀਂ ਪੈਂਦੀ ਠੀਕ ਹੈ ਅਸੀਂ ਵੀ ਆਪਦੇ ਟਾਈਮਾਂ ਦੇ ਵਿੱਚ ਇਦਾਂ ਹੀ ਕੀਤਾ ਸੀਗਾ ਤੁਹਾਨੂੰ ਕੀ ਲੱਗਦਾ ਸੀ ਸਾਰੇ ਦੇ ਸਾਰੇ ਕਿਉਗੜ ਪ੍ਰਪੇਅਰ ਕਰਦੇ ਰਹੇ ਨਾ ਜੀ ਨਾ ਟਰਿਕਸ ਠੀਕ ਹੈ ਮਾਈਂਡ ਗੇਮਾਂ ਕਿਉ ਕਾਰਡ ਸਟਰਕਚਰ ਵੀ ਇਸੇ ਫੀਸ ਦੇ ਵਿੱਚ ਲਾਉਂਗਾ ਠੀਕ ਹੈ ਟਾਸਕ 1 ਨੌ ਫਿਕਸ ਸੈਂਟੈਂਸ ਦਊਂਗਾ ਠੀਕ ਹੈ ਪਾਈ ਬਾਅਰ ਟੇਬਲ ਲਾਈਨ ਚਾਰਾਂ ਦੇ ਵਿੱਚ ਲੱਗਣਗੇ ਨੌ ਸੈਂਟੈਂਸ ਜਸਟ ਤੁਸੀਂ ਆਪਦਾ ਡਾਟਾ ਫਿਕਸ ਕਰਨਾ ਹੈ ਠੀਕ ਹੈ ਜੀਟੀ ਰਾਈਟਿੰਗ ਉਹ ਵੀ ਹੈ ਜੀ ਟਾਸਕ 2 ਦੇ ਫਿਕਸ ਸੈਂਟੈਂਸ ਦਊਂਗਾ ਠੀਕ ਹੈ ਜੀ ਅੱਗੇ ਦੇਖੋ ਸਟੂਡੈਂਟ ਹੂ ਵਿਲ ਟੇਕ ਐਡਮਿਸ਼ਨ ਔਨ 10 ਅਗਸਟ ਬਿਫੋਰ 8 ਪੀਐਮ ਅੱਜ 9 ਅਗਸਟ ਆ ਕੱਲ ਨੂੰ 10 ਅਗਸਟ ਹੈ ਅੱਜ ਸ਼ਾਮ ਤੱਕ ਮੈਂ ਇਹ ਵੀਡੀਓ ਅਪਲੋਡ ਕਰ ਦਾਂਗਾ ਤਾਂ ਕੱਲ ਦੀ ਸ਼ਾਮ 8 ਵਜੇ ਤੱਕ ਜਿਹੜੇ ਜਿਹੜੇ ਬੱਚੇ ਐਡਮਿਸ਼ਨ ਲੈ ਲੈਣਗੇ ਆਈ ਵਿਲ ਗਿਵ ਥੈਮ ਰੀਡਿੰਗ ਪ੍ਰੈਡਿਕਸ਼ਨ ਬੁੱਕ ਫ੍ਰੀ ਤੇ ਸਪੀਕਿੰਗ ਜਦੋਂ ਉਹਨਾਂ ਦੀ ਜਦੋਂ ਉਹ ਐਗਜ਼ਾਮ ਦੇਣਗੇ ਉਦੋਂ ਮੈਂ ਉਹਨਾਂ ਨੂੰ ਸਪੀਕਿੰਗ ਪ੍ਰੈਡਿਕਸ਼ਨ ਵੀ ਦਵਾਂਗਾ ਔਰ ਜਿੰਨੇ ਬੱਚਿਆਂ ਨੇ ਸਪੀਕਿੰਗ ਪ੍ਰੈਡਿਕਸ਼ਨ ਲਈ ਹੈ ਆਲਮੋਸਟ ਸਾਰਿਆਂ ਦੀ ਪ੍ਰੈਡਿਕਸ਼ਨ ਸਹੀ ਗਈ ਹੈ ਔਰ ਉਹਨਾਂ ਦੇ ਵਿੱਚੋਂ ਹੀ ਕਯੂ ਕਾਰਡਸ ਨਾ ਕੇ ਆਏ ਨੇ ਔਰ ਵਧੀਆ 6 6.5 ਤੱਕ ਉਹਨਾਂ ਦਾ ਸਕੋਰ ਆਇਆ ਹੈ ਠੀਕ ਹੈ ਤਾਂ ਇਹਦੀ ਫੀਸ ਹੈ ਜੀ ਇਸ ਕੋਰਸ ਦੀ 1950 ਰੁਪਏ ਦੀ ਫੀਸ ਆ ਤੇ ਇੱਕ ਚੀਜ਼ ਹੋਰ ਵੀ ਹੈ ਮੈਂ ਕੋਦੇ ਮੈਨੂੰ ਬਹੁਤ ਹੈ ਨਹੀਂ ਕਿ ਮੈਂ ਤੁਹਾਡੇ ਪੈਸੇ ਰੱਖਾ ਜੇ ਤੁਹਾਨੂੰ ਕਿਤੇ ਲੱਗੇ ਨਾ ਕਿ ਸਾਨੂੰ ਸਮਝ ਨਹੀਂ ਆ ਰਹੀ ਸਰ ਜੋ ਤੁਸੀਂ ਕਰਵਾ ਰਹੇ ਹੋ ਵੀ ਸਾਨੂੰ ਸਰ ਸੱਚੀ ਮਤਲਬ ਸਮਝ ਨਹੀਂ ਆ ਰਹੀ ਸੱਚੀ ਸਮਝ ਨਹੀਂ ਆ ਰਹੀ ਤਾਂ ਤੁਹਾਡੇ ਤੀਜੇ ਦਿਨ ਮੈਂ ਪੈਸੇ ਵਾਪਸ ਕਰ ਦੂੰਗਾ ਇਹ ਵੀ ਤੁਹਾਡੇ ਨਾਲ ਪ੍ਰੋਮਿਸ ਰਿਹਾ ਆ ਵੀਡੀਓ ਤੁਹਾਡੇ ਇੱਥੇ ਪਈ ਹੈ ਠੀਕ ਹੈ ਵੀਡੀਓ ਦੇ ਥੱਲੇ ਆ ਕੇ ਕਮੈਂਟ ਕਰ ਦਿਓ ਜੇ ਜਿਹੜਾ ਬੱਚਾ ਕਹੂਗਾ ਕਿ ਅਸੀਂ ਪੈਸੇ ਵਾਪਸ ਮੰਗੇ ਤੇ ਸਾਨੂੰ ਮਿਲੇ ਨਹੀਂ ਪਰ ਸ਼ਰਤ ਇਹ ਹੈ ਜੇ ਸੱਚੀ ਤੁਹਾਨੂੰ ਲੱਗੇ ਕਿ ਸਮਝ ਨਹੀਂ ਆ ਰਹੀ ਹੁਣ ਇਹ ਗੱਲ ਉਹ ਬੰਦਾ ਕਹਿੰਦਾ ਹੁੰਦਾ ਜਿਹਨੂੰ ਆਪਦੇ ਟੈਲੈਂਟ ਦੇ ਉੱਪਰ ਭਰੋਸਾ ਹੁੰਦਾ ਵੀ ਮੇਰੀ ਕਰਾਈ ਚੀਜ਼ ਬੱਚੇ ਨੂੰ ਭੁੱਲਦੀ ਨਹੀਂ ਤੇ ਇਹ ਗੱਲਾਂ ਪੱਕੀਆਂ ਵੀ ਨੇ ਕਿ ਮੇਰੀਆਂ ਕਰਾਈਆਂ ਚੀਜ਼ਾਂ ਬੱਚੇ ਨੂੰ ਭੁੱਲਦੀਆਂ ਨਹੀਂ ਠੀਕ ਹੈ ਤੇ ਕਲਾਸ ਜੁਆਇਨ ਕਰਨ ਲਈ ਨੰਬਰ ギਵਨ ਹੈ ਜੀ ਇਹ ਤੁਸੀਂ ਕਰ ਸਕਦੇ ਹੋ ਚਲੋ ਜੀ ਹੁਣ ਆਪਾਂ ਆਉਨੇ ਆ ਕਿਉ ਕੱਢਦੇ ਉੱਪਰ ਤਾਂ ਫਰਮ ਮਾਈ ਚਾਈਲਡਹੂਡ ਟੂ ਦਿਸ ਪ੍ਰੈਜ਼ੈਂਟ ਟਾਈਮ ਆਈ ਹੈਵ ਸੈਲੀਬ੍ਰੇਟਡ ਸੋ ਮੈਨ ਇਵੈਂਟਸ ਆਈ ਹੈਵ ਲੌਸਟ ਸੋ ਮੈਨੀ ਥਿੰਗਸ ਠੀਕ ਹੈ ਉਹ ਚੀਜ਼ਾਂ ਤੁਸੀਂ ਕਰ ਸਕਦੇ ਹੋ ਠੀਕ ਹੈ ਤਾਂ ਉਹਦੇ ਚ ਐਡ ਕਰ ਲੈਣਾ ਜਸਟ ਕੀ ਕਰਨਾ ਹੈ ਜੇ ਇਹ ਵਾਲੀ ਲਾਈਨ ਜਦੋਂ ਲਾਉਣੀ ਹੈ ਆਈ ਹੈਵ ਲੌਸਟ ਸੋ ਮੈਨੀ ਥਿੰਗਸ ਆਲਦੋ ਸਮ ਟਾਈਮ ਮਾਈ ਐਕਸਪੀਰੀਅੰਸ ਵਾਸ ਨਾਟ ਅਪ ਟੂ ਦੀ ਮਾਰਕ ਬਟ ਦੀ ਮੈਜੋਰਟੀ ਆਫ ਦੀ ਟਾਈਮ ਆਈ ਵਾਸ ਓਵਰ ਦੀ ਮੂਨ ਬਿਕਾਜ਼ ਆਈ ਗਾਟ ਮਾਈ ਥਿੰਕ ਬੈਕ ਠੀਕ ਹੈ ਤਾਂ ਕਿਉਂਕਿ ਆਪਾਂ ਐ ਨਹੀਂ ਕਹਿ ਸਕਦੇ ਨਾ ਵੀ ਆਈ ਹੈਵ ਲੌਸਟ ਸੋ ਮਨੀ ਥਿੰਗਸ ਮੈਂ ਬੜੀਆਂ ਸਰੀਆਂ ਚੀਜ਼ਾਂ ਗਵਾਈਆਂ ਤੇ ਮੈਂ ਓਵਰ ਦਾ ਮੌਨ ਸੀ ਮੈਂ ਬੜਾ ਖੁਸ਼ ਸੀ ਨਹੀਂ ਉਹ ਰੋਂਗ ਚਲ ਜੂਗਾ ਠੀਕ ਹੈ ਤਾਂ ਮਗਰ ਇੱਕ ਲਾਈਨ ਲਾ ਦੇਾਂਗੇ ਬਿਕਾਜ਼ ਆਈ ਗਾਟ ਮਾਈ ਥਿੰਗ ਬੈਕ ਜੇ ਨੋਟ ਬਣਾ ਨੋਟਸ ਬਣਾ ਰਹੇ ਹੋ ਤਾਂ ਨੋਟ ਕਰ ਲਓ ਆਪਣੀ ਨੋਟਬੁੱਕ ਤੇ ਠੀਕ ਹੈ ਤਾਂ ਜਿੰਨੀਆਂ ਮੈਂ ਉੱਪਰ 7 ਕਿਉ ਕਾੜ ਲੇ ਜਸਟ ਡੈਸ਼ ਦੇ ਵਿੱਚ ਤੁਸੀਂ ਉਹ ਚੀਜ਼ਾਂ ਫਿਲ ਕਰਨੀਆਂ ਨੇ ਠੀਕ ਹੈ ਅੱਗੇ ਚੱਲੋ ਜੀ ਹਾਊਐਵਰ ਹੇਅਰ ਆਈ ਊਡ ਲਾਈਕ ਟੂ ਨਰੇਟ ਅਬਾਊਟ ਅ ਪਲੇਸ ਸਪੈਸ਼ਲ ਇਵੈਂਟ ਓਕੇ ਸਪੈਸ਼ਲ ਡੇ অর XYZ ਜਿਹੜਾ ਵੀ ਕਯੂ ਕਾਰਡ ਹੈ ਉਹ ਤੁਸੀਂ ਇੱਥੇ ਲਾ ਦੇਣਾ ਤੁਹਾਨੂੰ ਪਤਾ ਹੀ ਇਹ ਚੀਜ਼ ਤਾਂ ਆਪਣੀ ਡੋਮੇਨ ਹੁੰਦੀ ਹੈ ਐਂਡ that is none other than ਫਲਾਣੀ ਫਲਾਣੀ ਚੀਜ਼ ਠੀਕ ਹੈ ਉਹ ਤੁਸੀਂ ਇੱਥੇ ਐਡ ਕਰ ਦੇਣਾ ਚਲੋ ਮੇਨ ਕਯੂ ਕਾਰਡ ਤੇ ਆਉਨੇ ਆਈ ਵਿਵਿਡਲੀ ਰਿਮੈਂਬਰ ਇਟ ਵਾਸ ਅ ਟਾਈਮ ਅਪਰੋਕਸੀਮੇਟਲੀ 6 ਮੰਥਸ ਅਗੋ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਇਹ ਉਸ ਸਮੇਂ ਦੀ ਗੱਲ ਹੈ ਲਗਭਗ 6 ਕੁ ਮਹੀਨੇ ਪਹਿਲਾਂ ਮਾਈ ਫਰੈਂਡ ਐਂਡ ਆਈ ਵਾਰ ਇਨਵਾਈਟਡ ਐਟ ਅ ਵੈਡਿੰਗ ਫੰਕਸ਼ਨ ਮੇਰਾ ਫਰੈਂਡ ਤੇ ਮੈਂ ਇੱਕ ਵੈਡਿੰਗ ਫੰਕਸ਼ਨ ਤੇ ਇਨਵਾਈਟਡ ਕੀਤੇ ਗਏ ਇਨਵਾਈਟ ਕੀਤੇ ਗਏ which was held in hilly area ਤਾਂ ਆਪਣਾ ਕਿਊ ਕਾਰਡ ਆ ਗਿਆ ਕਿਹੜਾ ਡਿਸਕ੍ਰਾਈਬ ਅ ਪਲੇਸ ਯੂ ਵਿਜ਼ਿਟਡ ਠੀਕ ਹੈ ਕਿ ਹਿੱਲੀ ਏਰੀਆ ਠੀਕ ਹੈ ਵੀ ਵੈਂਟ देयर ਬਾਈ ਕਾਰ ਅਸੀਂ ਉੱਥੇ ਕਾਰ ਤੇ ਗਏ ਇਨ ਦੀ ਫੰਕਸ਼ਨ ਆਰ ਮੋਬਾਈਲ ਫੋਨਸ ਵਰ ਟੇਕਨ ਬਾਈ ਸਿਕਿਉਰਿਟੀ ਗਾਰਡਸ ਸਾਡੇ ਮੋਬਾਈਲ ਜਿਹੜੇ ਸੀਗੇ ਸਿਕਿਉਰਿਟੀ ਗਾਰਡ ਦੁਆਰਾ ਲੈ ਲਏ ਗਏ ਬਿਕੋਜ਼ देयर ਵਾਸ ਅ ਰੂਲ ਥੈਟ ਯੂ ਡੋ ਯੂ ਕੈਨ ਨਾਟ ਯੂਜ਼ ਯਰ ਮੋਬਾਈਲ ਫੋਨਸ ਕਿਉਂਕਿ ਉੱਥੇ ਇੱਕ ਰੂਲ ਸੀਗਾ ਕਿ ਤੁਸੀਂ ਆਪਦੇ ਮੋਬਾਈਲ ਫੋਨ ਯੂਜ਼ ਨਹੀਂ ਕਰ ਸਕਦੇ ਹੁਣ ਆਪਣਾ ਉਹ ਕਿਊ ਕਾਰਡ ਆ ਗਿਆ ਡਿਸਕ੍ਰਾਈਬ ਟਾਈਮ ਵੈਨ ਯੂ ਡੌਂਟ ਅਲਾਉ ਟੂ ਯੂਜ਼ ਯਰ ਮੋਬਾਈਲ ਫੋਨ ਤੇ ਉਹ ਵਾਲਾ ਆ ਗਿਆ ਕਿ ਡਿਸਕ੍ਰਾਈਬ ਅ ਰੂਲ ਦੈਟ ਯੂ ਡੌਂਟ ਲਾਈਕ ਆਈ ਸਵਰ ਕਸਮ ਨਾਲ ਆਈ ਡਿਡਨਟ ਲਾਈਕ ਦੈਟ ਰੂਲ ਮੈਂ ਉਹ ਰੂਲ ਨੂੰ ਜਮਾ ਪਸੰਦ ਨਹੀਂ ਕੀਤਾ ਬਿਕਾਜ਼ ਆਈ ਹੈਡ ਨੋ ਆਪਸ਼ਨ ਟੂ ਕੈਪਚਰ ਮੈਮਰੀਜ਼ ਕਿਉਂਕਿ ਮੇਰੇ ਕੋਲੇ ਕੋਈ ਆਪਸ਼ਨ ਹੀ ਨਹੀਂ ਸੀ ਗਿਆ ਕਿ ਮੈਂ ਮੈਮਰੀਜ਼ ਨੂੰ ਕੈਪਚਰ ਕਰ ਲਾਂ ਬਟ ਥਿਸ ਵਾਸ ਦੀ ਕੰਡੀਸ਼ਨ ਆਫ ਦੀ ਬਰਾਇਡ ਐਂਡ ਦੀ ਗਰੂਮ ਪਰ ਇਹ ਕੰਡੀਸ਼ਨ ਸੀਗੀ ਲਾੜਾ ਤੇ ਲਾੜੀ ਦੀ ਦੇ ਸੈਟ ਥੈਟ ਵੀ ਵਿਲ ਪ੍ਰੋਵਾਈਡ ਐਚਡੀ ਫੋਟੋਸ ਟੂ ਆਲ ਆਫ ਯੂ ਉਹਨਾਂ ਦੀ ਕੰਡੀਸ਼ਨ ਸੀਗੀ ਕਿ ਅਸੀਂ ਤੁਹਾਨੂੰ ਐਚਡੀ ਫੋਟੋਸ ਦੇਵਾਂਗੇ ਤੁਸੀਂ ਆਪਣੇ ਫੋਨਾਂ 'ਤੇ ਫੋਟੋਆਂ ਸਾਡੀਆਂ ਨਹੀਂ ਖਿੱਚਣੀਆਂ ਇਸ ਕਰਕੇ ਉਹਨਾਂ ਦੇ ਜਿਹੜੇ ਆਪਣੇ ਸਾਡੇ ਜਿਹੜੇ ਫੋਨ ਵਗੈਰਾ ਸੀਗੇ ਉਹ ਜਮ੍ਹਾਂ ਕਰਵਾ ਲਏ ਗਏ ਸੀਗੇ ਅੱਜਕੱਲ੍ਹ ਬਹੁਤ ਸਾਰੇ ਫੰਕਸ਼ਨਸ ਦੇ ਵਿੱਚ ਇਹ ਰੂਲ ਹੈ ਮੋਬਾਈਲ ਫੋਨ ਨਹੀਂ ਅਲਾਉ ਹੁੰਦਾ ਤੇ ਕਈ ਵਾਰੀ ਡ्रेस ਕੋਡ ਵੀ ਅਲਾਉ ਹੁੰਦਾ ਵੀ ਤੁਸੀਂ ਬਲੈਕ ਕੋਟ ਤੇ ਵਾਈਟ ਸ਼ਰਟ ਇਦਾਂ ਦਾ ਕੁਝ ਪਾ ਕੇ ਆਉਣਾ ਠੀਕ ਹੈ ਉਹਦੇ ਨਾਲ ਕੀ ਹੈ ਕਿ ਉਹਨਾਂ ਦਾ ਮੈਰਿਜ ਦਾ ਥੋੜਾ ਜਿਹਾ ਨਾ ਲਾਈਕ ਮਾਹੌਲ ਬਣ ਜਾਂਦਾ ਹੈ ਵੀ ਇੱਕੋ ਵਰਗੇ ਲੋਕ ਆਏ ਹੋਏ ਨੇ ਅੱਗੇ ਦੇਖਦੇ ਆ ਅਪਾਰਟ ਫਰਮ ਥਿਸ ਇਸ ਤੋਂ ਇਲਾਵਾ ਸਮਥਿੰਗ ਬੈਡ ਹੈਪਨਡ ਵਿਦ ਮੀ ਮੇਰੇ ਨਾਲ ਕੁਝ ਬੁਰਾ ਹੋਇਆ ਮਾਈ ਗੋਲਡ ਚੇਨ ਫਾਲਨ ਥੇਰ ਮੇਰੀ ਗੋਲਡ ਦੀ ਚੇਨ ਡਿੱਗ ਪਈ ਹੁਣ ਇੱਥੇ ਉਹ ਆਪਣਾ ਆ ਗਿਆ ਡਿਸਕ੍ਰਾਈਬ ਐਨ ਓਕੇਜਨ ਵੈਨ ਯੂ ਲੋਸਟ ਸਮਥਿੰਗ ਉਹ ਵੀ ਆ ਗਿਆ ਅ ਥੇਰ ਵਾਈਲ ਡੂਇੰਗ ਡਾਂਸ ਡਾਂਸ ਕਰਨ ਦੇ ਦੌਰਾਨ ਸੀ ਡਾਂਸ ਕਰ ਰਹੀ ਸੀ ਮੇਰੀ 골ਡ ਦੀ ਚੇਨ ਡਿੱਗ ਪਈ ਆ ਵਾ ਸ਼ੇਕਿੰਗ ਲਾਈਕ ਅ ਲੀਫ ਮੈਂ ਪੱਤੇ ਦੀ ਤਰ੍ਹਾਂ ਕੰਬ ਰਹੀ ਸੀ ਠੀਕ ਹੈ ਸ਼ੇਕਿੰਗ ਲਾਈਕ ਅ ਲੀਫ ਆਪਣਾ ਹੁੰਦਾ ਹੈ ਈਡੀਅਮ ਪੱਤੇ ਦੀ ਤਰ੍ਹਾਂ ਕੰਬਣਾ ਸਿንስ ਦਿਸ ਚੇਨ ਇਜ਼ ਐਨ ਇੰਟੀਕ ਪੀਸ ਆਫ ਮਾਈ ਫੈਮਿਲੀ ਸਿንስ ਜਦੋਂ ਸੈਂਟੈਂਸ ਦੇ ਅੱਗੇ ਆ ਜਾਂਦਾ ਇਹਦਾ ਮਤਲਬ ਬਣ ਜਾਂਦਾ ਕਿਉਂਕਿ ਠੀਕ ਹੈ ਕਿਉਂਕਿ ਚੇਨ ਜਿਹੜੀ ਸੀਗੀ ਇੰਟੀਕ ਪੀਸ ਹੈਗੀ ਐ ਇੰਟੀਕ ਲਾਈਕ ਪੁਰਾਣੀ ਐ ਪਰ ਵੈਲਿਊਏਬਲ ਐ ਠੀਕ ਹੈ ਮੇਰੀ ਫੈਮਿਲੀ ਦੀ ਆਈ ਕੈਨ ਨਾਟ ਲਿਵ ਵਿਦਆਉਟ ਦਿਸ ਮੈਂ ਇਹਦੇ ਬਿਨਾ ਨਹੀਂ ਰਹਿ ਸਕਦਾ ਕਿਉਂਕਿ ਸਾਡੇ ਦਾਦਿਆਂ ਪ੍ਰਦਾਨਦਿਆਂ ਤੋਂ ਚਲਦੀ ਆ ਰਹੀ ਠੀਕ ਹੈ ਉਸ ਸਮੇਂ ਤੁਸੀਂ ਇੱਕ ਅੱਧੀ ਲਾਈਨ ਐਡ ਕਰਨੀ ਚਾਹੁੰਦੇ ਹੋ ਤਾਂ ਕਰ ਸਕਦੇ ਹੋ ਠੀਕ ਹੈ ਮੈਂ ਤੁਹਾਨੂੰ ਫੇਰ ਕਹਿਣਾ ਹੁਣ ਨਾ ਕਿਊ ਕਾਰਡ ਜਿਹੜੇ ਜੰਬੋ ਹ 80 90% ਹੁੰਦੇ ਨੇ 10% ਚੀਜ਼ਾਂ ਤਾਂਠਾ ਕਰਿਆ ਕਰੋ ਠੀਕ ਹੈ ਓਕੇ ਇਟ ਵਾਸ ਕੰਪਲਸਰੀ ਫੋਰ ਮੀ ਟੂ ਫਾਈਂਡ ਇਟ ਇਹ ਜ਼ਰੂਰੀ ਸੀ ਮੇਰੇ ਲਈ ਫਾਈਂਡ ਕਰਨੀ ਬਟ ਆਈ ਵਾਸ ਨੀਦਰ ਕਾਲ ਟੂ ਐਨੀ ਵਨ ਨੌਰ ਮੈਸੇਜ ਬਿਕਾਜ਼ ਮਾਈ ਮੋਬਾਈਲ ਫੋਨ ਹੈਡ ਬੀਨ ਸਬਮਿਟਡ ਪਰ ਮੈਂ ਨਾ ਤਾਂ ਕਿਸੇ ਨੂੰ ਫੋਨ ਕਰ ਸਕਿਆ ਨਾ ਮੈਸੇਜ ਕਰ ਸਕਿਆ ਕਿ ਮੇਰੀ ਚੇਨ ਗੁੰਮ ਗਈ ਹੈ ਕਿਉਂਕਿ ਮੇਰਾ ਮੋਬਾਈਲ ਫੋਨ ਜਿਹੜਾ ਉਹ ਜਮ੍ਹਾਂ ਹੋ ਗਿਆ ਸੀਗਾ ਠੀਕ ਹੈ ਥਿਸ ਫੰਕਸ਼ਨ ਕੁਡ ਬੀ ਐਕਸਟ੍ਰੀਮਲੀ ਐਕਸਪੈਂਸਿਵ ਫਾਰ ਮੀ ਇਹ ਫੰਕਸ਼ਨ ਮੇਰੇ ਲਈ ਬਹੁਤ ਮਹਿੰਗਾ ਪੈ ਸਕਦਾ ਸੀ ਬਟ ਆਫਟਰ ਡੂਇੰਗ ਸਮ ਐਫਰਟਸ ਕੁਝ ਐਫਰਟਸ ਲਗਾਉਣ ਤੋਂ ਬਾਅਦ ਕਰਨ ਤੋਂ ਬਾਅਦ ਆਈ ਗਾਟ ਮਾਈ ਚੇਨ ਬੈਕ ਮੈਨੂੰ ਮੇਰੀ ਚੇਨ ਵਾਪਸ ਮਿਲ ਗਈ ਇਟ ਵਾਸ ਅ ਫੀਲਿੰਗ ਆਫ ਮੀਟਿੰਗ ਵਿਦ ਗੋਡ ਇਹ ਤਾਂ ਇਦਾਂ ਦੀ ਫੀਲਿੰਗ ਸੀ ਜਿਵੇਂ ਰੱਬ ਮਿਲ ਗਿਆ ਕਿਉਂਕਿ ਚੇਨ ਆਪਾਂ ਕਹਿ ਰਹੇ ਹਾਂ ਨਾ ਡਿਸਕ੍ਰਾਈਬ ਅ ਥਿੰਗਸ ਦੈਟ ਯੂ ਕੈਨਟ ਲਿਵ ਵਿਦਆਊਟ ਤਾਂ ਆਪਾਂ ਕਿਉ ਕਾਰਡ ਦੇ ਨੇੜੇ ਵੀ ਤਾਂ ਰਹਿਣਾ ਹੈ ਹਨਾ ਅੱਗੇ ਜੀ ਆਜੋ ਓਕੇ when it comes to the question that what i felt about this ke hun jadon gall is sawal te aundi ke main ki mehsoos kita to be honest imandari nal dassa it was not to good not to bad situation hun ethis ki choti ji cheez change karange ke na ta bahut hi vadiya situation si na hi bahut zyada mari si kyunki apni pehli cheez gummi appan nu tension vi hoi ha na ਤਾਂ ਇਵਨ ਦੋ ਹਾਲਾਂਕਿ ਦਿਸ ਸਿਚੁਏਸ਼ਨ ਰਿਯੂਨਡ ਮਾਈ ਮੂਡ ਹਾਲਾਂਕਿ ਸਿਚੁਏਸ਼ਨ ਨੇ ਮੇਰਾ ਮੂਡ ਖਰਾਬ ਕੀਤਾ ਬਟ ਐਟ ਦੀ ਐਂਡ ਆਫ ਦੀ ਪਾਰਟੀ ਲਗ ਪਾਰਟੀ ਦੇ ਐਂਡ ਤੱਕ ਆਈ ਗਾਟ ਮਾਈ ਰਿੰਗ ਐਂਡ ਮੋਬਾਈਲ ਫੋਨ ਬੈਕ ਮੈਨੂੰ ਮੇਰਾ ਮੋਬਾਈਲ ਫੋਨ ਤੇ ਮੇਰੀ ਰਿੰਗ ਵਾਪਸ ਮਿਲ ਗਈ ਸੋ ਆਈ ਵਾਸ ਹੈਪੀ ਤਾਂ ਇਸ ਕਰਕੇ ਮੈਂ ਖੁਸ਼ ਸੀਗਾ ਆਲ ਇਨ ਆਲ ਦਿਸ ਵਾਸ ਆ ਠੀਕ ਹੈ ਅੱਗੇ ਇੱਕ ਚੀਜ਼ ਹੋ ਰਿਹਾ ਉਹ ਵੀ ਦੇਖਿਓ ਧਿਆਨ ਨਾਲ ਆਲ ਇਨ ਆਲ ਦਿਸ ਵਾਸ ਆ ਟਾਈਮ ਅੱਗੋ ਆਪਣਾ ਤੁਸੀਂ ਕਿਉਂ ਕਾਰਡ ਲਾ ਦੇਣਾ ਠੀਕ ਹੈ ਫੋਰ ਜੁਆਇਨਿੰਗ ਫ੍ਰੀ ਸੰਡੇ ਕਲਾਸ ਚੈੱਕ ਦੀ ਲਿੰਕ ਇਨ ਡਿਸਕ੍ਰਿਪਸ਼ਨ ਬਾਕਸ ਡਿਸਕ੍ਰਿਪਸ਼ਨ ਦੇ ਵਿੱਚ ਇੱਕ ਲਿੰਕ ਪਾਇਆ ਆ ਤੁਸੀਂ ਸੰਡੇ ਦੀ ਕਲਾਸ ਜਿਹੜੀ ਫ੍ਰੀ ਚ ਹੈ ਉਹਨੂੰ ਜੁਆਇਨ ਕਰ ਸਕਦੇ ਹੋ ਠੀਕ ਹੈ ਐਸ ਆਈ ਐਮ ਹੈਲਪਿੰਗ ਐਵਰੀ ਸੰਡੇ ਤਾਂ ਉਸ ਤੋਂ ਬਿਨਾ ਮੈਂ ਅੱਜ ਨਵੀਂ ਚੀਜ਼ ਸ਼ੁਰੂ ਕੀਤੀ ਹੈ ਮੇਬੀ ਪਤਾ ਨਹੀਂ ਤੁਸੀਂ ਇਸ ਚੀਜ਼ ਦਾ ਗੁੱਸਾ ਹੀ ਨਾ ਕਰ ਜਾਓ ਤਾਂ ਇਫ ਯੂ ਫਾਈਂਡ ਆਈ ਐਮ ਹੈਲਪਿੰਗ ਯੂ ਬਾਈ ਗਿਵਿੰਗ ਵੈਲਿਊਏਬਲ ਕੰਟੈਂਟ ਜੇ ਤੁਹਾਨੂੰ ਲੱਗਦਾ ਹੈ ਕਿ ਮੈਂ ਤੁਹਾਡੀ ਹੈਲਪ ਕਰਦੇ ਆ ਜਿਹੜੇ ਜੰਬੋ ਕਿਉਕੜਾ ਪ੍ਰੋਵਾਈਡ ਕਰ ਰਹੇ ਆ ਸਪੀਕਿੰਗ ਦੇ ਠੀਕ ਹੈ ਹੋਰ ਤਾਂ ਮੈਂ ਤੁਹਾਡੇ ਤੋਂ ਕੋਈ ਚੀਜ਼ ਨਹੀਂ ਲੈ ਰਿਹਾ ਠੀਕ ਹੈ ਔਰ ਇਹ ਵੀ ਤੁਹਾਡੀ ਵਿਸ਼ੇ ਮੈਂ ਮਤਲਬ ਇਨਸਿਸਟ ਨਹੀਂ ਕਰ ਰਿਹਾ ਯੂ 10 20 15 اور 100 روپے ਤੁਸੀਂ 10 20 50 30 40 ਜਿੰਨੇ ਤੁਹਾਡਾ دل ਕਰਦਾ ਆ ਤੁਸੀਂ ਪੇ ਕਰ ਸਕਦੇ ਹੋ ਠੀਕ ਹੈ ਦੇਖੋ ਮੈਂ ਵੀ ਮਿਹਨਤ ਕਰ ਰਿਹਾ ਹਾਂ ਤੁਸੀਂ ਵੀ ਫਾਇਦਾ ਲੈ ਰਹੇ ਹੋ ਠੀਕ ਹੈ ਹੋ ਸਕਦਾ ਹੈ ਕਈ ਬੱਚੇ ਐਸੇ ਨੇ ਜਿਹੜੇ ਹਿਊਜ ਅਮਾਉਂਟ ਆਫ ਪੇ ਨਹੀਂ ਕਰ ਸਕਦੇ ਠੀਕ ਹੈ ਕਲਾਸਿਸ ਨਹੀਂ ਲੈ ਸਕਦੇ ਬਟ ਇੱਥੇ ਤੁਸੀਂ ਪੇ ਕਰ ਸਕਦੇ ਹੋ ਛੋਟੀ ਜੀ ਅਮਾਉਂਟ ਹੈ ਉਹਦਾ 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 ਵੀ ਮੈਂ ਤੁਹਾਨੂੰ ਫਾਇਦਾ ਹੀ ਦਵਾਗਾ ਕਿਵੇਂ ਪੇਟੀਐਮ ਤੇ ਗੂਗਲ ਪੇ ਦਾ ਨੰਬਰ ਆ ਬਾਈ ਯੂਜ਼ਿੰਗ ਦਿਸ ਮਨੀ ਇਸ ਪੈਸੇ ਨੂੰ ਵਰਤ ਕੇ ਆਈ ਵਿਲ ਸੈਟ ਅਪ ਕੰਪਿਊਟਰ ਐਂਡ ਗਿਵ ਯੂ ਫ੍ਰੀ ਲੈਕਚਰ ਔਨ YouTube ਟਾਈਮ ਟੂ ਟਾਈਮ ਤਾਂ ਦੇਖੋ ਮੈਂ ਵੀ ਕੋ ਬਹੁਤ ਜ਼ਿਆਦਾ ਘੈਂਟ ਫੈਮਿਲੀ ਤੋਂ ਬਿਲੋਂਗ ਨਹੀਂ ਕਰਦਾ ਹਨ ਹੈਂਡ ਟੂ ਮਾਊਥ ਵਾਲਾ ਹੀ ਕੰਮ ਆਪਣਾ ਤਾਂ ਜਿਹੜੇ ਤੁਹਾਡੇ ਥੋੜੀ ਥੋੜੀ ਜਿਵੇਂ ਤੁਹਾਡੇ ਥੋੜੇ ਥੋੜੇ ਪੈਸੇ ਆਉਣਗੇ ਉਹ ਸ਼ਾਇਦ 15 20 ਦਿਨਾਂ ਦੇ ਵਿੱਚ ਐਨਕ ਹੋ ਜਾਣ ਕਿ ਮੈਂ ਕੁਝ ਲੈਪਟਾਪ ਜਾਂ ਕੰਪਿਊਟਰ ਵਗੈਰਾ ਵਧੀਆ ਲੈਵਲ ਦਾ ਸੈਟਅਪ ਕਰ ਸਕਾਂ ਜਿਹੜਾ ਕਾਫੀ ਰੇਂਜ ਦੇ ਵਿੱਚ ਜਿਵੇਂ ਹੁਣ ਸੰਡੇ ਵਾਲੀ ਕਲਾਸ ਦੇ ਵਿੱਚ 60 70 ਬੱਚੇ ਹੋ ਜਾਂਦੇ ਆ ਤਾਂ ਉਹ ਫਿਰ ਕਈ ਵਾਰੀ ਆਪਣੇ ਛੋਟੇ ਪ੍ਰੋਸੈਸਰ ਸਪੋਰਟ ਨਹੀਂ ਕਰਦੇ ਤਾਂ ਉਹਦੇ ਲਈ ਮੈਂ ਵੱਡਾ ਸੈਟਅਪ ਲਾ ਸਕਾਂ ਤੁਹਾਨੂੰ YouTube ਤੇ ਵੀ ਹੈਲਪ ਕਰ ਸਕਾਂ ਤੇ ਉਹਦਾ ਸੰਡੇ ਵਾਲੀ ਕਲਾਸ ਦੇ ਵਿੱਚ ਵੀ ਹੈਲਪ ਕਰ ਸਕਾਂ ਹੋਰ ਉਹਦਾ ਮੈਂ ਤੁਹਾਨੂੰ ਕੋਈ ਚਾਰਜ ਨਹੀਂ ਕਰਨ ਲੱਗਿਆ ਠੀਕ ਹੈ ਜਸਟ ਇਹ ਤੁਹਾਡਾ ਮਨ ਬਣੇ ਦੀ ਗੱਲ ਹੈ ਮੈਂ ਇਨਸਿਸਟ ਵੀ ਨਹੀਂ ਕਰ ਰਿਹਾ ਠੀਕ ਹੈ ਔਰ ਕੋਈ ਵੱਡੀ ਅਮਾਉਂਟ ਵੀ ਹੈ ਨਹੀਂ ਠੀਕ ਹੈ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਚੈਨਲ ਨੂੰ ਅਗਲੀਆਂ ਵੀਡੀਓਜ਼ ਦੇ ਲਈ ਸਬਸਕ੍ਰਾਈਬ ਕਰ ਲਓ ਲਾਈਕ ਕਰ ਦਿਓ ਤੇ ਮਿਲਦੇ ਹਾਂ ਜੀ ਕਿਸੇ ਅਗਲੀ ਵੀਡੀਓ ਦੇ ਵਿੱਚ ਜਲਦੀ